ਕੈਨੇਡਾ ਦੇ ਵਿੱਚ ਡਿਪੋਰਟ ਦੀ ਲਟਕੀ ਤਲਵਾਰ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਹੁਣ ਪੰਜਾਬ ਸਰਕਾਰ ਵੀ ਲਗਾਤਾਰ ਸਰਗਰਮ ਹੈ। ਪੰਜਾਬ ਦੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੈਨੇਡਾ ਅਤੇ ਭਾਰਤ ਸਰਕਾਰ ਦੇ ਹਾਈ ਕਮਿਸ਼ਨਰਾਂ ਨੂੰ ਚਿੱਠੀਆਂ ਲਿਖੀਆਂ ਨੇ। ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਹਨਾਂ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂ ਹੈ। ਇਸ ਕਰਕੇ ਇਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ। ਜਿਹੜੇ ਅਸਲ ਦੋਸ਼ੀ ਨੇ, ਜਿਹੜੇ ਧੋਖੇਬਾਜ਼ ਏਜੰਟ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਅਤੇ ਉਹਨਾਂ ਦੀ ਪਛਾਣ ਕਰਨ ਦੇ ਲਈ ਮੰਤਰੀ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੀ ਲਗਾਤਾਰ ਲੱਗੀ ਹੋਈ ਹੈ ਦਰਅਸਲ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਖਾਸ ਕਰਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਹੁਕਮ ਦੇ ਦਿੱਤੇ ਸੀ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਕਿ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਏਜੰਟ ਨੇ ਤੇ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਉਹਨਾਂ ਦੀ ਸੂਚੀ ਤਿਆਰ ਕੀਤੀ ਜਾਵੇ ਤੇ ਉਹਨਾਂ ਦੀ ਜਾਂਚ ਕੀਤੀ ਜਾਵੇ ਕਿ ਉਹਨਾਂ ਦਾ ਕੰਮ ਹੈ ਜਿਹੜਾ ਉਹ ਕਪਲੇਬਾਜ਼ੀ ਵਾਲਾ ਤਾਂ ਨਹੀਂ ਹੈ ਸੋ ਜਿਸ ਤਰੀਕੇ ਦੇ ਨਾਲ ਆਡਿਟ ਹੁੰਦਾ ਹੈ ਕੰਪਨੀਆਂ ਦਾ ਉਸ ਤਰੀਕੇ ਨਾਲ ਹੁਣ ਇਹਨਾਂ ਧੋਖੇਬਾਜ਼ ਏਜੰਸੀਆਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੀ ਪਛਾਣ ਹੋ ਸਕੇਗੀ ਜੇ ਕੰਮ ਇਮਾਨਦਾਰੀ ਦੇ ਨਾਲ ਹੋਇਆ ਸੋ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਤੋਂ ਪਿਛਲੇ ਦਿਨੀ ਖੇਤੀਬਾੜੀ ਵਿਭਾਗ ਜਿਹੜਾ ਉਹ ਖੋ ਕੇ ਕੋਈ ਹੋਰ ਦਿੱਤਾ ਗਿਆ ਹੈ ਪਰ ਉਹ ਆਪਣੇ ਐਨਆਰਆਈ ਮਾਮਲਿਆਂ ਦੇ ਵਿਭਾਗ ਦੇ ਵਿੱਚ ਵੀ ਲਗਾਤਾਰ ਸਰਗਰਮ ਨੇ ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰਾਲੇ ਦੇ ਵਿੱਚ ਵੀ ਲਗਾਤਾਰ ਟਾਲੀਵਾਲ ਨੇ ਜਿਹੜੇ ਉਹ ਸਰਗਰਮ ਰਹਿੰਦੇ ਸਰਗਰਮ ਰਹਿੰਦੇ ਸੀ ਤੇ ਹੁਣ ਵੀ ਰੋਜ਼ਾਨਾ ਉਹਨਾਂ ਦਾ ਕੋਈ ਨਾ ਕੋਈ ਬਿਆਨ ਹੈ ਜਿਹੜਾ ਕੋਈ ਨਾ ਕੋਈ ਸਰਗਰਮੀ ਦਿਖਦੀ ਰਹਿੰਦੀ ਹੈ ਸੋ ਕੈਨੇਡਾ ਦੇ ਵਿੱਚ ਦੇਸ਼ ਨਿਕਾਲੇ ਦਾ ਖੌਫ ਚੱਲ ਰਿਹਾ ਹੈ 700 ਵਿਦਿਆਰਥੀਆਂ ਦੇ ਵਿੱਚੋਂ ਇੱਕ ਲਾਪ੍ਰਿਤ ਸਿੰਘ ਵੀ ਹੈ ਜਿਸ ਨੂੰ ਡਿਪੋਰਟ ਕਰਨ ਦੇ ਬੀਤੇ ਦਿਨੀ ਕੈਨੇਡਾ ਸਰਕਾਰ ਨੇ ਹੁਕਮ ਸੁਣਾਏ ਸੀ ਪੀਐਮ ਟਰੂਡੋ ਦੇ ਇਨਸਾਫ ਦਿੱਤੇ ਜਾਂਦੇ ਐਲਾਨ ਤੋਂ ਬਾਅਦ ਹਾਲ ਦੀ ਘੜੀ ਕੈਨੇਡਾ ਸਰਕਾਰ ਨੇ ਇਹ ਹੁਕਮ ਵਾਪਸ ਲੈ ਲੈਨੇ ਟਰੂਡੋ ਸਰਕਾਰ ਫਿਲਹਾਲ ਲਾਪਰੀਤ ਨੂੰ ਰਿਪੋਰਟ ਨਹੀਂ ਕਰੇਗੀ। ਦਰਅਸਲ ਜਲੰਧਰ ਦੇ ਏਜੰਟਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਫਰਜ਼ੀ ਤਰੀਕੇ ਦੇ ਨਾਲ ਵਿਦੇਸ਼ ਭੇਜ ਕੇ ਲੱਖਾਂ ਤੋਂ ਕਰੋੜਾਂ ਰੁਪਏ ਹੜਾਪਲੇ ਤੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਦੇ ਵਿੱਚ ਪਾ ਦਿੱਤਾ। ਇਹ ਵਿਦਿਆਰਥੀ 17-18 ਤੇ 2019 ਸਾਲਾਂ ਦੇ ਵਿੱਚ ਕੈਨੇਡਾ ਗਏ ਸੀ। ਹੁਣ 5-5 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਪੀਆਰ ਦਾ ਸਮਾਂ ਆਇਆ ਤਾਂ ਸਰਕਾਰ ਨੇ ਇਹਨਾਂ ਨੂੰ ਰਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਸੋ ਆਪਣੇ ਨਾਲ ਹੋਈ ਧੋਖਾਧੜੀ ਦੇ ਖਿਲਾਫ ਇਹਨਾਂ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸੇ ਸੀ 에어포트 ਰੋਡ ਮਿਸਿਸ ਸਾਗਰ ਰੋਡ ਤੇ ਮਿਸਿਸ ਸਾਗਾ ਚ ਆਪਣਾ ਪੱਕਾ ਮੋਰਚਾ ਲਾਇਆ ਹੋਇਆ ਲਾਪਰੀਤ ਵੀ ਇਸ ਦਰਨੇ ਦੇ ਵਿੱਚ ਸ਼ਾਮਿਲ ਹੈ 2017 ਦੇ ਵਿੱਚ ਲਾਪਰੀਤ ਲੈਂਪਟਨ ਕਾਲਜ ਤੇ ਮਿਸਾਗਾ ਕੈਂਪਸ ਦੇ ਵਿੱਚ ਦਾਖਲਾ ਲੈ ਕੇ ਕੈਨੇਡਾ ਪਹੁੰਚਿਆ ਸੀ ਤਿਲਪ੍ਰੀਤ ਨੇ ਵੀ ਇੱਕ ਏਜੰਟ ਦੇ ਰਾਹੀਂ ਆਪਣੀ ਫਾਈਲ ਲਾਈ ਸੀ ਦਾਖਲਾ ਪੱਤਰ ਲੈ ਕੇ ਕੈਨੇਡਾ ਪਹੁੰਚ ਗਿਆ ਸੀ ਜਦੋਂ ਲਪ੍ਰੀਤ ਇਸ ਕਾਲਜ ਦੇ ਵਿੱਚ ਉਸ ਕਾਲਜ ਦੇ ਵਿੱਚ ਪਹੁੰਚਿਆ ਜਿੱਥੇ ਉਹਨੇ ਦਾਖਲਾ ਲਿਆ ਸੀ ਤਾਂ ਕਾਲਜ ਵਾਲਿਆਂ ਨੇ ਦੱਸਿਆ ਕਿ ਆਫਰ ਲੈਟਰ ਹੀ ਝਾਲੀ ਹੈ ਲਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਫਿਰ ਏਜੰਟ ਦੇ ਖਿਲਾਫ ਮੋਹਾਲੀ ਦੇ ਵਿੱਚ ਪਰਚਾ ਦਰਜ ਕਰਵਾਇਆ ਪੁਲਿਸ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਸ ਤੋਂ ਬਾਅਦ ਲਪ੍ਰੀਤ ਨੂੰ ਕੈਨੇਡਾ ਸਰਕਾਰ ਨੇ ਦੂਸਰੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਪੜ੍ਹਾਈ ਤੋਂ ਬਾਅਦ ਹੁਣ ਜਦੋਂ ਲਪ੍ਰੀਤ ਨੇ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਹੈ ਤਾਂ ਸੀਬੀਐਸਏ ਯਾਨੀ ਕਿ ਕੈਨੇ ਨੂੰ ਦੇਸ਼ ਨਕਾਲੇ ਦੇ ਹੁਕਮ ਦੇ ਦਿੱਤੇ ਨੇ ਤੇ ਆਪਣੀ ਪੜ੍ਹਾਈ ਦੌਰਾਨ ਉਹ 25 ਤੋਂ 30 ਲੱਖ ਰੁਪਈਆ ਖਰਚ ਕਰ ਚੁੱਕਿਆ ਹੈ ਪਰਿਵਾਰ ਮੁਤਾਬਿਕ ਕੈਨੇਡਾ ਦੀ ਸਰਕਾਰ ਆਉਂਦੇ 13 ਜੂਨ ਨੂੰ ਲਾਪ੍ਰਿਤ ਨੂੰ ਆਪਣੇ ਮੁਲਕ ਤੋਂ ਵਾਪਸ ਭੇਜ ਰਹੀ ਹੈ ਜਿਸ ਕਰਕੇ ਪਰਿਵਾਰ ਬੇਹੱਦ ਤਣਾਅ ਦੇ ਵਿੱਚ ਹੈ ਹਾਲਾਂਕਿ ਜਾਣਕਾਰੀ ਮੁਤਾਬਿਕ ਹਾਲ ਦੀ ਘੜੀ ਲਾਪ੍ਰਿਤ ਦੇ ਉੱਤੇ ਦੇਸ਼ ਨਕਾਲੇ ਦੀ ਜਿਹੜੀ ਤਲਵਾਰ ਲਟਕ ਰਹੀ ਸੀ ਉਹ ਟਲ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਭਰੋਸਾ ਦਵਾਇਆ ਹੈ 4 ਸਾਲ ਦੀ ਡਿਗਰੀ ਹੈ ਬੱਚੇ ਕੋ ਸੱਤ ਬੈਂਡ ਹੈ ਉਹਦੇ ਬਸ ਇੱਕ ਆਫਰ ਲੈਟਰ ਇਹ ਲੱਤੀ ਸੀਗੀ ਏਜੰਟਾ ਕੋਲ ਉਹੀ ਇੱਕ ਫੇਕ ਨਿਕਲ ਗਈ ਬਸ ਅਸੀਂ ਤਾਂ ਰਿਕੁਐਸਟ ਕਰਦੇ ਆ ਕਿ ਸਾਡਾ ਬੱਚਾ ਕੈਨੇਡਾ 'ਚ ਰਹੇ ਬਸ ਅਸੀਂ ਤਾਂ ਹੱਥ ਜੋੜ ਕੇ ਬਸ ਬੱਚੇ ਦੀ ਵਿਦੇਸ਼ੀ ਰੁਕੀ ਜਾਏ ਏਜੰਟਾ 'ਚ ਰਹਿਣ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ